पंजाब लाइव चैनल देख रहे सारे दर्शकों का स्वागत करते हैं। जमीनी विवाद नूं लै के गुरदासपुर के पिंड खोखर विच गोली चलन का मामला सामने आया है, जिस विच एक 50 साला व्यक्ति बलविंदर सिंह की दो गोलियां लगन कारण मौत हो गई है। मृतक की पत्नी मनजीत कौर और मृतक के भतीजे गुरप्रीत सिंह नूं भी गोलियां लगन कारण गंभीर जख्मी हैं, जिन्हों का निजी हस्पताल विच इलाज चल रहा है। मौके ते पहुंची पुलिस मामले की जांच कर रही है। माई पंजाब लाइव तो विजय शर्मा गुरदासपुर दी रिपोर्ट। पहचान है जिन्हें ने गोली चलाई? हाँ वो ले कौन ही है बंदे? मीका ओदी कुड़ी, एक नौकर ओदा, ओदी कर दी। झगड़ा केड़ी गल दा है? झगड़ा साडा तो कोई नहीं है, पैरी ना ओदे कुछ नहीं, कोई कुछ नहीं ओदे ना है। वदो बदी वोंदा, वदो बदी दा मालिक बनदा, जबरदस्ती करन दे। गोलियां मार लग गया, कुड़ी खलोती है, मुंडे मेरे मारती है, मुड़ के मैं उठे खलोती हूं, मेनू आंदा मारता ही, ओनू मारता ही, इन गल आ के मुड़ के चल गया वा। गोली वजी मुंडा जरा जेल कर दिता करनी जेल दिता जाए। ਬਲਵਿੰਦਰ ਸਿੰਘ ਸੋਨਾ ਸਰਪੰਚ ਸਿੰਘ ਹੈ, ਇਹਨੇ ਕੁਝ ਜ਼ਮੀਨ ਸੀਗੀ, ਅਮਰੀਕ ਸਿੰਘ ਕਲੇਮ ਕਰਦਾ ਸੀ ਕਿ ਉਹ ਜ਼ਮੀਨ ਇੱਥੇ ਲਾ ਪਿੰਡੀਆਂ ਨੇ ਲਾਈਆਂ, ਉਹ ਕਲੇਮ ਕਰਦਾ ਸੀ ਕਿ ਇਹ ਜ਼ਮੀਨ ਜਿਹੜੀ ਇਹ ਵਾਲੀ ਮੈਂ ਇੱਥੇ ਕਰਨਾ ਵਾ ਕਬਜ਼ਾ, ਬਟ ਉਹ ਇਹਨੇ ਦਿੱਤੀ ਸੀ, ਉਹਦੇ ਲਾਗੇ ਜਿਹੜੀ ਹੈ ਪਰਲੀ ਸਾਈਡ 'ਤੇ ਉਹਨੂੰ ਦਿੱਤੀ ਸੀਗੀ। ਇਸੇ ਗੱਲ 'ਤੇ ਉਹਨਾਂ ਦਾ ਕਰਾਰ ਸੀਗਾ। ਇਹਦੇ ਵਿੱਚ ਅੱਜ ਉਹਨੇ ਅਮਰੀਕ ਸਿੰਘ ਨੇ ਆਪਣਾ ਜਿਹੜਾ ਵਾ ਫਾਇਰ ਆਰਮ ਦੇ ਨਾਲ ਬਲਵਿੰਦਰ ਸਿੰਘ ਸਿੰਘ ਜਰਨੈਲ ਸਿੰਘ ਅਤੇ ਬੱਚੀ ਮਨਜੀਤ ਕੌਰ ਬਲਵਿੰਦਰ ਸਿੰਘ ਜਿਹੜਾ ਡਿਸੀਜ਼ ਹੈ ਉਹਦੀ ਵਾਈਫ, ਉਹਨੂੰ ਜਿਹੜੀ ਬੁਲਟ ਇੰਜਰੀਜ਼ ਹੋਈਆਂ ਨੇ ਉਹਦੇ ਵਿੱਚ ਬਲਵਿੰਦਰ ਸਿੰਘ ਦੀ ਡੈਥ ਹੋ ਗਈ ਹੈ, ਬਾਕੀ ਦੋਨੇ ਜਿਹੜੇ ਆ ਉਹਨਾਂ ਨੂੰ ਹਸਪਿਟਲਾਈਜ਼ ਕੀਤਾ ਗਿਆ। ਅਮਰੀਕ ਸਿੰਘ ਦਾ ਅਸੀਂ ਜਿਹੜਾ ਕਰ ਰਹੇ ਹਾਂ ਕਾਰਵਾਈ ਕਰ ਰਹੇ ਹਾਂ। ਇਹ 'ਚ ਕੋਈ ਵਕੀਲ ਵੀ ਹੈਗਾ ਸਰ? ਵਕੀਲ ਕੌਣ ਹੈ? ਹਾਂ ਉਹ ਦੇਖਦੇ ਸਾਰਾ ਜੀ, ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ। ਜਿਹੜਾ ਅਮਰੀਕ ਸਿੰਘ ਦਾ ਨਾਂ ਆ ਰਿਹਾ ਸ਼ਾਇਦ ਵਕੀਲ ਹੈਗਾ, ਚੱਕਰ ਨਹੀਂ ਮਾਰਿਆ ਕਿਸੇ ਕੁੜੀ ਨੂੰ। ਹਾਂ ਪਰ ਫਾਇਰ ਆਰਮ ਇੰਜਰੀ ਹੈ ਜੀ। ਕਿੰਨੇ ਰੋਂ ਸਰ ਫਾਇਦਾ ਹੋਇਆ ਤੁਹਾਨੂੰ? ਪਤਾ ਨਹੀਂ ਪਤਾ ਜੀ, ਦੇਖਦੇ ਇੱਕ ਮਰਿਆ ਤਾਂ ਦੋ ਹੁੰਦੇ, ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗੇ ਇੱਕ ਮਰਿਆ ਦੋ ਇੰਜਰੀ। ਹਾਂ ਇੱਕ, ਹਾਂ ਇੱਕ ਦੀ ਡੈਥ ਹੋ ਗਈ ਬਲਵਿੰਦਰ ਦੀ, ਬਾਕੀ ਦੋ ਇੰਜਰਡ ਹੈ।